ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ। ਲੁਧਿਆਣਾ ਨਗਰ ਨਿਗਮ ਚੋਣਾਂ ਦੇ ਚੋਣ ਪ੍ਰਚਾਰ ਦੇ ਅਖੀਰਲੇ ਦਿਨ ਵਾਰਡ ਨੰਬਰ 62 ਤੋਂ ਕਾਂਗਰਸ ਦੇ ਉਮੀਦਵਾਰ ਅਮਰਜੀਤ ਸਿੰਘ ਓਬਰਾਏ ਨੇ ਚੋਣ ਪ੍ਰਚਾਰ ਵਿੱਚ ਕੋਈ ਕਸਰ ਨਹੀਂ ਛੱਡੀ। ਉਹਨਾਂ ਜਿੱਥੇ ਦਿਨ ਭਰ ਦੀਆਂ ਮੀਟਿੰਗਾਂ ਵਿੱਚ ਭਾਗ ਲਿਆ, ਉੱਥੇ ਰੈਲੀ ਕੱਢ ਕੇ ਅਤੇ ਡੋਰ ਟੂ ਡੋਰ ਜਾ ਕੇ ਵੋਟਰਾਂ ਨਾਲ ਮੁਲਾਕਾਤ ਕੀਤੀ। ਅਮਰਜੀਤ ਸਿੰਘ ਨੇ ਵਿਸ਼ਵਾਸ ਦਵਾਉਂਦੇ ਹੋਏ ਕਿਹਾ ਕਿ ਕਿਉਂਕਿ ਪ੍ਰਦੇਸ਼ ਵਿੱਚ ਹੁਣ ਕਾਂਗਰਸ ਦੀ ਸਰਕਾਰ ਹੈ, ਇਸ ਲਈ ਕਾਂਗਰਸ ਉਮੀਦਵਾਰ ਹੋਣ ਦੇ ਕਾਰਨ ਜਿੱਤ ਦੇ ਬਾਅਦ ਇਲਾਕੇ ਵਿੱਚ ਭਰਪੂਰ ਵਿਕਾਸ ਕੀਤਾ ਜਾਏਗਾ। ਅੱਜ ਸਿਕੰਦਰੀ ਰੋਡ 'ਤੇ ਵਾਰਡ ਨੰਬਰ 62 ਦੇ ਵਿੱਚ ਇੰਦਰਜੀਤ ਸਿੰਘ ਜੀ ਮੋਨੂ, ਜੋ ਕਿ ਮੇਰੇ ਛੋਟੇ ਭਾਈ ਨੇ, ਉਹਨਾਂ ਨੇ ਇੱਕ ਮੀਟਿੰਗ ਅਜੋਸ ਕੀਤੀ ਜਿਹਦੇ ਵਿੱਚ ਮੱਲਾ ਨਿਵਾਸੀਆਂ ਨੇ ਭਾਰੀ ਇਕੱਠ ਦਿਖਾ ਕੇ ਮੇਰਾ ਹੌਸਲਾ ਵਧਾਇਆ। ਔਰ ਇਸ ਮੀਟਿੰਗ ਦੇ ਮੁੱਖ ਮਹਿਮਾਨ ਸਨ ਸ਼੍ਰੀ ਸੁਰਿੰਦਰ ਡਾਵਰ ਜੀ, ਜੋ ਕਿ ਇਸ ਇਲਾਕੇ ਦੇ MLA ਸਨ। ਉਹਨਾਂ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਉਹਨਾਂ ਨੇ ਮੱਲੇ ਵਾਲਿਆਂ ਨੂੰ ਵਿਸ਼ਵਾਸ ਦਵਾਇਆ ਵੀ ਅਗਰ ਤੁਸੀਂ ਅਮਰਜੀਤ ਸਿੰਘ ਓਬਰਾਏ ਨੂੰ ਇੱਥੋਂ ਜਿਤਾ ਕੇ ਭੇਜਦੇ ਹੋ ਤਾਂ ਇਸ ਇਲਾਕੇ ਦਾ ਵਿਕਾਸ ਪਹਿਲ ਦੀ ਆਧਾਰ 'ਤੇ ਕੀਤਾ ਜਾਵੇਗਾ। ਅਤੇ ਮੈਂ ਵੀ ਇਲਾਕਾ ਵਾਸੀਆਂ ਨੂੰ ਇਹ ਵਿਸ਼ਵਾਸ ਦਵਾਇਆ ਅਗਰ ਤੁਸੀਂ ਇਸ ਨਾਚੀਜ਼ ਨੂੰ ਹਾਊਸ ਭੇਜਦੇ ਹੋ ਤਾਂ ਮੈਂ ਤੁਹਾਡਾ ਜੋ ਕੰਮ ਰੁਕੇ ਹੋਏ ਨੇ ਪਿਛਲੇ 10 ਸਾਲ ਤੋਂ, ਜੋ ਇਸ ਕੌਂਸਲਰ ਨੇ ਕੱਖ ਨਹੀਂ ਕੀਤਾ, ਜੋ ਕਿ ਇਹਨੇ 5-7 ਲੁੱਟਿਆ ਹੈ, ਤਕਰੀਬਨ ਇਸ ਇਲਾਕੇ 'ਚ ਇਹਨੇ 5 ਪੈਸੇ ਨਹੀਂ ਲਾਏ। ਇਸ ਇਲਾਕੇ ਦੀਆਂ ਗਲੀਆਂ ਦਾ ਬੁਰਾ ਹਾਲ ਹੈ, ਸਫਾਈ ਦਾ ਬੁਰਾ ਹਾਲ ਹੈ, ਸਟਰੀਟ ਲਾਈਟ ਦਾ ਬੁਰਾ ਹਾਲ ਹੈ, ਸੀਵਰੇਜ ਦਾ ਬੁਰਾ ਹਾਲ ਹੈ। ਅਗਰ ਹੁਣ ਇਹ ਇਲਾਕਾ ਵਾਸੀਆਂ ਨੇ ਇੱਕ ਪ੍ਰਣ ਕਰ ਲਿਆ ਵੀ ਅਸੀਂ ਹੁਣ ਉਸੇ ਬੰਦੇ ਨੂੰ ਜਿਤਾਉਣਾ ਹੈ ਜਿਸ ਦੀ ਸਰਕਾਰ ਉੱਪਰ ਹੋਏਗੀ, ਆਜ਼ਾਦ ਬੰਦੇ ਨੂੰ ਜਿਤਾ ਕੇ ਇਹਨਾਂ ਨੇ ਪਹਿਲਾਂ 5 ਜਿਹੜੀ ਗਲਤੀ ਕੀਤੀ ਹੈ ਹੁਣ ਉਹ ਗਲਤੀ ਦੁਹਰਾਉਣਗੇ ਨਹੀਂ। ਇਸ ਕਰਕੇ ਮੈਨੂੰ ਲੋਕਾਂ ਨੇ ਵਿਸ਼ਵਾਸ ਦਵਾਇਆ ਵੀ ਤੁਹਾਨੂੰ ਇੱਥੋਂ ਜਿਤਾ ਕੇ ਭੇਜਾਂਗੇ, ਭਾਰੀ ਬਹੁਮਤਰਾ ਜਿਤਾ ਕੇ ਭੇਜਾਂਗੇ। ਲੁਧਿਆਣਾ ਤੋਂ ਕੁਲਬੀਰ ਰਾਹੀ ਦੀ ਰਿਪੋਰਟ, ATV ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।